ਦੋਸਤੋ ਮੈਂ ਹਰਮਨ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜਿਸ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੀਡਬਲੂਡੀ ਦੇ ਵਿੱਚ ਨਿਕਲੀ ਹੋਈ ਨਵੀਂ ਭਰਤੀ ਦੇ ਬਾਰੇ ਵਿੱਚ ਜੀ ਆ ਦੋਸਤੋ ਬਹੁਤ ਹੀ ਵਧੀਆ ਮੌਕਾ ਹੈ 47600 ਤੁਹਾਡੀ ਸੈਲਰੀ ਰਹਿਣ ਵਾਲੀ ਹੈ ਦੇ ਵਿੱਚ ਤੇ ਬਹੁਤ ਸਾਰੇ ਕੈਂਡੀਡੇਟ ਐਲੀਜੀਬਲ ਹੋਣ ਵਾਲੇ ਨੇ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਜੀ ਤਾਂ ਕਿ ਤੁਹਾਨੂੰ ਹਰ ਇੱਕ ਡਿਟੇਲ ਜਿਹੜੀ ਹੈ ਇਸ ਜੌਬ ਅਪਡੇਟ ਬਾਰੇ ਪਤਾ ਲੱਗ ਸਕੇ ਤੇ ਨਾਲ ਦੀ ਨਾਲ ਦੱਸ ਦੇਣਾ ਚਾਹਨਾ ਹੈ ਇਸ ਤੋਂ ਇਲਾਵਾ ਹੋਰ ਕਈ ਅਪਡੇਟ ਲੋ ਸਾਡੇ ਚੈਨਲ ਤੇ ਜਾ ਕੇ ਪਲੱਸ ਅਗਰ ਤੁਸੀਂ ਸਾਡੀ ਵੈਬਸਾਈਟ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਲਦੀ ਨਾਲ ਜਾਓ ਤੇ ਸਾਡੀ ਵੈਬਸਾਈਟ ਨੂੰ ਸਬਸਕ੍ਰਾਈਬ ਕਰ ਲਓ ਜੋ ਕਿ ਹੈ www.clori.com ਤੁਸੀਂ ਜਿਹੜਾ Google ਦੇ ਵਿੱਚ ਜਾ ਕੇ ਟਾਈਪ ਕਰਨਾ ਹੈ www.clori.com ਉਹਦੇ ਨਾਲ ਕੀ ਹੋਏਗਾ ਪਹਿਲੇ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਮਿਲ ਜਾਏਗੀ ਉੱਥੇ ਰਾਈਟ ਸਾਈਡ ਤੇ ਸਬਸਕ੍ਰਾਈਬ ਕਰਨ ਦੀ ਆਪਸ਼ਨ ਹੈ ਉੱਥੇ ਕਲਿੱਕ ਕਰਕੇ ਸਬਸਕ੍ਰਾਈਬ ਵੀ ਕਰ ਲੈਣਾ ਇਹਦੇ ਨਾਲ ਤੁਹਾਨੂੰ ਹਰ ਇੱਕ ਅਪਡੇਟ ਤੁਹਾਡੇ ਈਮੇਲ ਬਾਕਸ ਦੇ ਵਿੱਚ ਮਿਲਦਾ ਰਿਹਾ ਕਰੇਗਾ ਔਰ ਤੁਸੀਂ ਹਰ ਇੱਕ ਜੌਬ ਨੋਟੀਫਿਕੇਸ਼ਨ ਨਾਲ ਅਪਡੇਟ ਰਹੋਗੇ ਤੇ ਨਾਲ ਦੀ ਨਾਲ ਉਥੋਂ ਅਸੀਂ ਹਰ ਇੱਕ ਚੀਜ਼ ਜਿਹੜੀ ਵੀ ਅਪਡੇਟ ਪਾਣੇ ਆ ਉਹਦੇ ਨਾਲ ਤੁਹਾਨੂੰ ਜਿਹੜਾ ਅਪਲਾਈ ਕਰਨ ਦਾ ਲਿੰਕ ਵੀ ਮਿਲਦਾ ਹੈ ਤੁਸੀਂ ਉਤੋਂ ਚੈੱਕ ਜ਼ਰੂਰ ਕਰ ਲੈਣਾ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਲੇਕਿਨ ਅਗਰ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਵੀ ਦਬਾ ਦੇਣਾ ਉਹਦੇ ਨਾਲ ਜਿਹੜੀ ਵੀ ਅਪਡੇਟ ਹੋਣਗੇ ਤੁਹਾਨੂੰ ਟਾਈਮ ਨਾਲ ਮਿਲਦੇ ਰਿਹਾ ਕਰਨਗੇ ਚਲੋ ਹੁਣ ਮੈਂ ਚੱਲਿਆ ਚੱਲਦਾ ਹਾਂ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਤੇ ਇਹ ਤੁਸੀਂ ਦੇਖ ਪਾ ਰਹੇ ਹੋ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਦੁਆਰਾ ਆਊਟ 32 ਦੇ ਵਿੱਚ ਜਿਹੜਾ ਇੱਕ ਆਊਟ ਕੀਤਾ ਗਿਆ ਹੈ ਔਰ ਬਾਰਦਰੀ ਗਾਰਡਨ ਪਟਿਆਲਾ ਵੱਲੋਂ ਕੀਤਾ ਗਿਆ ਜੀ ਇਸ ਦੇ ਵਿੱਚ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ ਜਿਹੜੀਆਂ ਨੇ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਨੇ ਇਨਵਾਈਟ ਕੀਤੀਆਂ ਗਈਆਂ ਨੇ ਜੋ ਕਿ ਤਿੰਨ ਪੋਸਟ ਦੇ ਲਈ ਹੈ ਪੀਡਬਲਯੂਡੀ ਡਿਪਾਰਟਮੈਂਟ ਦੇ ਵਿੱਚ ਜੋ ਕਿ ਸਬ ਡਿਵੀਜ਼ਨਲ ਇੰਜੀਨੀਅਰਸ ਦੀਆਂ ਨੇ ਜੋ ਕਿ ਇਲੈਕਟ੍ਰੀਕਲ ਡਿਪਾਰਟਮੈਂਟ ਦੇ ਹੈ ਇਸ ਦੇ ਵਿੱਚ ਜਿਹੜਾ ਇਹ ਨੋਟੀਫਿਕੇਸ਼ਨ ਅੱਜ ਹੀ ਪਬਲਿਸ਼ ਕੀਤਾ ਗਿਆ ਹੈ ਤੇ ਇਸ ਦਾ ਫੁੱਲ ਡਿਟੇਲ ਨੋਟੀਫਿਕੇਸ਼ਨ ਹੈ ਦੀ ਵੈਬਸਾਈਟ ਤੇ ਹੈ ਤੁਸੀਂ ਉੱਥੋਂ ਜਾ ਕੇ ਚੈੱਕ ਵੀ ਕਰ ਸਕਦੇ ਹੋ ਹੁਣ ਅਸੀਂ ਗੱਲ ਕਰਦੇ ਹਾਂ ਪੋਸਟ ਜਿਹੜੀਆਂ ਨੇ ਤਿੰਨ ਪ 33% ਜਿਹੜੀ ਰੈਜ਼ਰਵੇਸ਼ਨ ਕੋਟਾ ਹੁੰਦਾ ਹੈ ਉਹ ਜਿਹੜਾ ਹੈ ਪੰਜਾਬ ਸਰਕਾਰ ਨੇ ਰੱਖਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇਸ ਦੇ ਵਿੱਚ ਵੀ ਹੈਗਾ ਤੁਸੀਂ ਦੇਖ ਪਾ ਰਹੇ ਹੋ ਜੀ ਇੱਕ ਪੋਸ ਜਿਹੜੀ ਹੈ ਉਹਨਾਂ ਲਈ ਰੱਖੀ ਗਈ ਹੈ ਬਾਕੀ ਦੋ ਪੋਸਟਾਂ ਲਈ ਜਿਹੜੇ ਨੇ ਓਮਨ ਅਪਲਾਈ ਕਰ ਸਕਦੇ ਨੇ ਹੁਣ ਅਸੀਂ ਗੱਲ ਕਰਦੇ ਹਾਂ ਇਸ ਪੇ ਸਕੇਲ ਦੀ ਤਾਂ ਇਸ ਦੇ ਵਿੱਚ ਤੁਹਾਡਾ ਇਨੀਸ਼ੀਅਲ ਪੇ ਸਕੇਲ ਜਿਹੜਾ ਰਹੇਗਾ ਜੀ 47600 ਜਿਹੜਾ ਹੈ ਉਹ ਰਹੇਗਾ ਇਨੀਸ਼ੀਅਲੀ ਪੇ ਜੋ ਇਸ ਦੇ ਵਿੱਚ ਜਿਹੜਾ ਟਾਈਮ ਟੂ ਟਾਈਮ ਤੁਹਾਡੀ ਕਰੈਕਸ਼ਨ ਹੁੰਦੀ ਰਹੇਗੀ ਔਰ ਤੁਹਾਨੂੰ ਜਿਹੜਾ ਅਪਡੇਟ ਮਿਲਦਾ ਰਹੇਗਾ ਸੋ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੇਕਰ ਐਲੀਜੀਬਲ ਹੋ ਔਰ ਨਾਲ ਦੀ ਨਾਲ ਦੱਸਣਾ ਚ ਜੋਇਨਿੰਗ ਹੋਏਗੀ ਉਸ ਦੇ ਵਿੱਚ ਤੁਹਾਨੂੰ ਜਿਹੜਾ 3 ਸਾਲ ਦਾ ਜਿਹੜਾ ਹੁੰਦਾ ਹੈ ਪ੍ਰੋਬੇਸ਼ਨ ਪੀਰੀਅਡ ਜਿਹੜਾ ਹੈ ਉਹ ਸਰਵ ਕਰਨਾ ਪਏਗਾ ਔਰ ਉਸ ਦੇ ਵਿੱਚ ਤੁਹਾਡਾ ਇੱਕ ਫਿਕਸਡ ਅਮਾਉਂਟ ਤੁਹਾਡਾ ਰੱਖਿਆ ਜਾਏਗਾ ਜੋ ਤੁਹਾਨੂੰ ਹਰ ਮਹੀਨੇ ਮਿਲੇਗਾ ਔਰ ਉਸ ਦੇ ਲਈ ਤੁਹਾਨੂੰ ਜਿਹੜਾ ਜੁਆਇਨਿੰਗ ਦੇ ਟਾਈਮ ਤੇ ਦੱਸਿਆ ਜਾਏਗਾ ਕਿ ਕਿੰਨੀ ਉਹ ਤੁਹਾਡੀ ਜਿਹੜੀ ਹੈ ਪੇਮੈਂਟ ਰਹੇਗੀ ਹੁਣ ਅਸੀਂ ਗੱਲ ਕਰਦੇ ਹਾਂ ਏਸੈਂਸ਼ੀਅਲ ਕੁਆਲੀਫਿਕੇਸ਼ਨ ਦੀ ਜਿਸ ਦੇ ਵਿੱਚ ਅਗਰ ਤੁਸੀਂ ਡਿਗਰੀ ਪਾਸ ਆਊਟ ਹੋ ਇੰਜੀਨੀਅਰਿੰਗ ਦੇ ਵਿੱਚ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਤੇ ਅਪਲਾਈ ਕਰ ਸਕਦੇ ਹੋ ਕਿਸੇ ਵੀ ਰੈਕੋਗਨਾਈਜ਼ਡ ਕੀ ਸਭ 10ਵੀਂ ਦੇ ਵਿੱਚ ਸਬਜੈਕਟ ਰੱਖਿਆ ਹੋਇਆ ਸੀ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਅਪਲਾਈ ਕਰ ਸਕਦੇ ਆ ਇਹ ਕੰਡੀਸ਼ਨ ਇਹਨਾਂ ਦੁਆਰਾ ਰੱਖੀ ਗਈ ਹੈ ਔਰ ਇਸ ਦੇ ਵਿੱਚ ਤੁਹਾਡੀ ਜਿਹੜੀ ਕੁਆਲਿਫਿਕੇਸ਼ਨ ਆ 30 4 2021 ਤੋਂ ਪਹਿਲੋ ਕੰਪਲੀਟ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਅਗਰ ਤੁਸੀਂ ਕਰੰਟ ਕਿਸੇ ਵੀ ਸੈਸ਼ਨ ਦੇ ਵਿੱਚ ਹੈਗੇ ਹੋ ਅਗਰ ਉਹ ਕੰਪਲੀਟ ਨਹੀਂ ਹੋਇਆ 30 4 2021 ਤੱਕ ਉਹਦਾ ਰਿਜ਼ਲਟ ਆਊਟ ਨਹੀਂ ਹੁੰਦਾ ਤਾਂ ਕੰਸੀਡਰ ਨਹੀਂ ਕੀਤਾ ਜਾਏਗਾ ਤੁਹਾਨੂੰ ਏਜ ਲਿਮਿਟ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਜਿਹੜੀ ਵੀ ਕੈਂਡੀਡੇਟ 18 ਸਾਲ ਤੋਂ ਲੈ ਕੇ 37 ਸਾਲ ਦੀ ਏਜ ਜਿਹੜੀ ਕੋਆ ਕਰਦੇ ਨੇ ਤਾਂ ਉਹ ਇਹਦੇ ਲਈ ਐਲੀਜੀਬਲ ਨੇ ਜੋ ਕਿ ਇੱਕ ਇੱਕ 2021 ਤੱਕ ਤੁਹਾਡਾ ਹੋਣਾ ਚਾਹੀਦਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਜਨਰਲ ਇਨਫੋਰਮੇਸ਼ਨ ਲਈ ਕੈਂਡੀਡੇਟਸ ਜਿਹੜੀਆਂ ਨੇ ਉਹ ਇੱਕ ਵਾਰੀ ਜਿਹੜਾ ਹੈ ਅਫੀਸ਼ੀਅਲ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਜ਼ਰੂਰ ਚੈੱਕ ਕਰ ਲੈਣ ਹੁਣ ਨੈਕਸਟ ਅਸੀਂ ਗੱਲ ਕਰਦੇ ਹਾਂ ਸਿਲੈਕਸ਼ਨ ਪ੍ਰੋਸੀਜਰ ਦਾ ਤਾਂ ਇਸ ਦੇ ਵਿੱਚ ਤੁਹਾਡਾ ਜਿਹੜਾ ਕੰਪੀਟੀਟਿਵ ਰਿਟਨ ਐਗਜ਼ਾਮੀਨੇਸ਼ਨ ਹੋਏਗਾ ਜੋ ਕਿ ਸਾਰਿਆਂ ਦਾ ਕਾਮਨ ਹੋਏਗਾ ਜੋ ਕਿ ਮਈ ਮਨਤ ਦੇ ਵਿੱਚ ਰੱਖਿਆ ਜਾਏਗਾ ਸੋ ਇਹਨਾਂ ਦੀ ਵੈਬਸਾਈਟ ਤੇ ਉਹ ਅਪਡੇਟ ਦੇਣਗੇ ਇਸ ਦੇ ਰਿਲੇਟਡ ਕੁਝ ਵੀ ਅਪਡੇਟ ਹੋਏਗਾ ਚਾਹੇ ਉਹ ਤੁਹਾਡੇ ਰੋਲ ਨੰਬਰ ਹੋਣ ਚਾਹੇ ਉਹ ਇਸ ਦੇ ਐਗਜ਼ਾਮ ਦੀ ਡੇਟਸ ਹੋ ਚ ოਫੀਸ਼ੀਅਲ ਵੈਬਸਾਈਟ ਜੋ ਕਿ ppsc.gov.in ਤੇ ਜਾ ਕੇ ਤੁਸੀਂ ਫਰਦਰ ਡਿਟੇਲਸ ਚੈੱਕ ਕਰ ਸਕਦੇ ਹੋ ਨੈਕਸਟ ਅਸੀਂ ਗੱਲ ਕਰਦੇ ਹਾਂ ਅਪਲਾਈ ਕਿੱਦਾ ਕਰਨਾ ਇਹਦੇ ਲਈ ਤੁਸੀਂ ਔਨਲਾਈਨ ਅਪਲਾਈ ਕਰਨਾ ਹੈ ਤੁਸੀਂ ਇਹਨਾਂ ਦੀ ਵੈਬਸਾਈਟ ਦੇਖ ਪਾ ਰਹੇ ਹੋ ਜੋ ਕਿ ppsc.gov.in ਹੈ ਉੱਥੇ ਜਾ ਕੇ ਚੈੱਕ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਤੁਹਾਡੇ ਦੋ ਸਟੈਪ ਦੇ ਵਿੱਚ ਤੁਸੀਂ ਅਪਲਾਈ ਕਰਨਾ ਹੈ ਫਰਸਟ ਸਟੈਪ ਜਿਹੜਾ ਹੁੰਦੇ ਹੋਏਗਾ ਜੀ ਉਹ ਹੋਏਗਾ ਰਜਿਸਟ੍ਰੇਸ਼ਨ ਦਾ ਜਿਸ ਦੇ ਵਿੱਚ ਤੁਹਾਨੂੰ ਆਪਣਾ ਮੋਬਾਈਲ ਨੰਬਰ ਨਾਮ ਤੇ ਡੇਟ ਆਫ ਬਰਥ ਫਿਲ ਕਰਨੀ ਹੋਏਗੀ ਰਜਿਸਟ੍ਰੇਸ਼ਨ ਨੰਬਰ ਜਨਰੇਟ ਹੋ ਜਾਏਗਾ ਸੈਕੰਡ ਸਟੈਪ ਦੇ ਵਿੱਚ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰ ਪਾਸਵਰਡ ਹੋਏਗਾ ਫਿਲ ਕਰਨ ਤੋਂ ਬਾਅਦ ਤੁਸੀ ਆਪਣੀ ਪਰਸਨਲ ਡਿਟੇਲ ਫਿਲ ਕਰਨੀ ਨੇ ਜਿੱਦਾਂ ਤੁਸੀਂ ਆਪਣੀ ਪਰਸਨਲ ਡਿਟੇਲ ਫਿਲ ਕਰ ਦਿੰਦੇ ਹੋ ਤਾਂ ਡਾਕੂਮੈਂਟ ਅਪਲੋਡ ਕਰਨ ਤੋਂ ਬਾਅਦ ਤੁਸੀਂ ਉਹਨੂੰ ਸਬਮਿਟ ਕਰ ਸਕਦੇ ਹੋ ਔਰ ਥਰਡ ਸਟੈਪ ਦੇ ਵਿੱਚ ਤੁਸੀਂ ਆਪਣੀ ਫੀ ਹੈ ਜਿਹੜੀ ਐਪਲੀਕੇਸ਼ਨ ਫੀ ਉਹ ਤੁਸੀਂ ਸਬਮਿਟ ਕਰਨੀ ਹੋਏਗੀ ਉਹ ਮੈਂ ਤੁਹਾਨੂੰ ਅੱਗੇ ਦੱਸਦੇ ਕਿੰਨੀ ਐਪਲੀਕੇਸ਼ਨ ਫੀ ਹੈਗੀ ਹੈ ਇਸ ਦੇ ਵਿੱਚ ਅਪਲਾਈ ਕਰਨ ਦੀ ਲਾਸਟ ਡੇਟ ਹੈਗੀ ਹੈ 10/5/2021 ਔਰ ਇਸ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਫੀ ਜਿਹੜੀ ਸਬਮਿਟ ਕਰਨੀ ਹੈ 11/14/5/2021 ਤੱਕ ਆਰਾਮ ਨਾਲ ਕਰ ਸਕਦੇ ਹੋ ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਤੁਹਾਡੀ ਐ ਕੀ ਗਈ ਹੈ ਜਿਹੜੀ ਕਿ ਤੁਹਾਨੂੰ ਪੇ ਕਰਨੀ ਹੋਏਗੀ ਇਨੀਸ਼ੀਅਲੀ ਇਸ ਦੇ ਵਿੱਚ ਤੁਹਾਨੂੰ ਕਿਸੇ ਵੀ ਅਪਡੇਟ ਦੇ ਰਿਲੇਟਡ ਜੋ ਕਿ ਇਸ ਜੌਬ ਦੇ ਰਿਲੇਟਡ ਹੋਏਗਾ ਇਹਨਾਂ ਦੀ ਵੈਬਸਾਈਟ ਜੋ ਕਿ ppcsi.gov.in ਤੇ ਜਾ ਕੇ ਤੁਸੀਂ ਜਿਹੜਾ ਚੈੱਕ ਕਰ ਸਕਦੇ ਹੋ ਕੋਈ ਕਮੈਂਟ ਵੀਕਾਰ ਸਦਿਓ ਸਾਨੂੰ ਅਗਰ ਤੁਹਾਨੂੰ ਕੋਈ ਡਾਊਟ ਹੋਏਗਾ ਤਾਂ ਅਸੀਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਫਾਰਮ ਫਿਲ ਕਰ ਚ ਕੋਈ ਪ੍ਰੋਬਲਮ ਆਂਦੀ ਹੈ ਤਾਂ ਵੀ ਤੁਸੀਂ ਸਾਨੂੰ ਦੱਸ ਦੇਣਾ ਅਗਰ ਤੁਸੀਂ ਚਾਹਦੇ ਹੋ ਇਹਦੇ ਵਿੱਚ ਤੁਹਾਨੂੰ ਜਿਹੜੀ ਹੈ ਫਾਰਮ ਫਿਲ ਕਰਦੇ ਹੋਏ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਓਬਵੀਅਸ ਤੁਹਾਨੂੰ ਜ਼ਰੂਰ ਦਵਾਂਗੇ ਉਹਦੇ ਲਈ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਰੱਖਣਾ ਬੈਲ ਆਈਕਨ ਦਬਾ ਦੇਣਾ ਤੇ ਸਾਡੀ ਵੈਬਸਾਈਟ ਤੇ ਫ੍ਰੀਕੁਐਂਟਲੀ ਵਿਜ਼ਿਟ ਕਰਦੇ ਹੀ ਰਹਿਣਾ ਜੋ ਕਿ ਹੈ www.clori.com ਸੋ ਜੁੜੇ ਰਹਿਣਾ ਸਾਡੇ ਨਾਲ ਜ ਤੱਕ ਦੇ ਲਈ ਧੰਨਵਾਦ